अस्सलामुअलैकुम दोस्तों, आप देख रहे हैं उकाड़ा एनिमल टीवी और मैं आपका मेज़बान राय साकब अली। जनाब भरावां लई जिहड़े ने ना नीली बार दे हीरे वहा रहे हैं ते शौक वालियां मझां ने ते शौक दे मुल भी उहो जिहे हुंदे ने इंशाल्लाह ताला। बाकी कोशिश करांगे कि रेट भी मुनासिब होवण। एडे एडे जिहड़े चड्डे ने ना वाने गोरियां दीआं गावां कोले हुंदे ने, जिड्डे जिड्डे माशाल्लाह नीली दीआं मझां कोले ने ते इंशाल्लाह ताला खालस दुध वाले वाने ने ਤੇ ਬਰੀਕੀਆਂ ਮੱਝਦੀਆਂ ਜਨਾਬ, ਕਿਆ ਹੀ ਕਹਿਣਾ ਝੋਟੀ ਦੀਆਂ। ਮਾਸ਼ਾਅੱਲਾ ਪੂਰਾ ਪਾਵਰ ਵਾਲਾ ਥਾਣੇ ਤੇ ਕਿੰਗਰੀ ਵਾਲੇ ਸਿੰਘ ਨੇ ਤੇ ਖੂਬਸੂਰਤੀ ਬੜੀ ਹੈ ਜੀ। ਵੇਖੋ ਅੱਲਾ ਮੇਰੇ ਤੇ ਹੁਕਮ ਨਾਲ 1000 ਮੱਝਾਂ ਦੇ ਵਿੱਚ ਵੀ ਖਲੋਤੀਆਂ ਹੋਣ ਨਾ ਤੇ ਇਹਨਾਂ ਦੀ ਇੱਕ ਆਪਦੀ ਨਸਲ ਤੇ ਇੱਕ ਆਪਦੀ ਠਾਠ ਹੈ ਇੱਥੇ ਜਨਾਬ। ਬਿਲਕੁਲ ਕਿੰਗਰੀ ਵਾਲੇ ਸਿੰਘ ਤੇ ਸ਼ਾਹ ਕਾਲੀ ਮੁਸ਼ਕਣ ਅੱਲਾ ਪਾਕ ਨੇ ਸੋਹਣੇ ਬਖਤ ਲਾਏ ਨੇ ਇਨਸ਼ਾਅੱਲਾ ਤਾਲਾ। ਰੇਟ ਵੀ ਤੁਹਾਡੇ ਇਹਨਾਂ ਨੂੰ ਦੱਸਣੇ ਆ ਵੀ ਕੀ ਰੇਟ ਸ਼ੇਟ ਨੇ ਤੇ ਕੀ ਡਿਮਾਂਡ ਹੈ ਤੇ ਕਿੰਨਾ ਦੁੱਧ ਦੇਣ ਦੇ ਕੋਲੇ। ਤੇ ਇਹ ਜਿਹੜੀ ਝੋਟੀ ਹੈ ਇਹ ਵੀ ਜਨਾਬ ਪੂਰੀ ਹੁਸਨ ਦੀ ਬਾਦਸ਼ਾਹ। ਪਹਿਲਣ ਝੋਟੀ ਮੀਣੀ ਕਈ ਜ਼ਬਾਨ 'ਚ ਕਹਿੰਦੇ ਨੇ, ਕਈ ਮੇਰੇ ਭਰਾ ਢੇਲੀ ਕਹਿੰਦੇ ਨੇ ਅਤੇ ਸੋਹਣੀਆਂ ਵੰਡਾ ਛੰਡਾ ਨੇ। ਬਾਕੀ ਥਣ ਬੜਾ ਪਾਵਰ ਵਾਲਾ ਜੀ ਲੱਗਿਆ ਮਾਸ਼ਾਅੱਲਾ, ਕਿਆ ਹੀ ਬਾਤ ਹੈ ਜੀ। ਇੱਥੇ ਚਿਹਰਾ ਵੀ ਤੁਹਾਨੂੰ ਚੈੱਕ ਕਰਾਉਂਦੇ ਹਾਂ, ਖਾਸ ਨੀਲੀ ਬਾਰ ਦੇ ਨੇ ਜਨਾਬ ਹੀਰੇ ਅਤੇ ਅੱਲਾ ਮੇਰੇ ਦੇ ਹੁਕਮ ਨਾਲ ਸਿਆਣੇ ਆਖਦੇ ਨੇ ਕਿ ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ ਹੁੰਦੇ ਨੇ ਅਤੇ ਤਿੱਖੇ ਅਤੇ ਜੇ ਸੂਰਜ ਜਦੋਂ ਚੜ੍ਹਦਾ ਤਾਂ ਉਦੋਂ ਹੀ ਤਪਦਾ, ਜੇ ਬੰਦੇ ਦੇ ਪੱਲੇ ਕੁਛ ਹੋਵੇ ਨਾ ਉਹ ਹੀ ਦਿਸਦਾ। ਅਤੇ ਇਨਸ਼ਾਅੱਲਾ ਤਾਲਾ ਪੂਰੀਆਂ ਹੁਸਨ ਦੀਆਂ ਬਾਦਸ਼ਾਹ ਅਤੇ ਜਨਾਬ ਵੇਖਿਆ ਨਾ ਦਿਲ ਜਿਹੜਾ ਖੁਸ਼ ਹੁੰਦਾ ਅਤੇ ਸੋਹਣਾ ਰਿਜ਼ਕ ਇਵੇਂ ਨਾ ਸਫਿਆਨ। ਕਿਆ ਬਾਤ ਹੈ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ, ਇੱਥੇ ਦਾ ਚਿਹਰਾ ਵੇਖਣਾ ਕੰਨਾਂ ਦੇ ਵਿੱਚ ਪੂਰੀ ਪਛਮੇ ਅਤੇ ਸਿੰਘ ਬੂਥੀ ਦੀ ਖੂਬਸੂਰਤੀ ਕਿੰਗਰੀ ਵਾਲੇ ਸਿੰਘ ਨੇ ਅਤੇ ਬੌਲੇ ਦੇ ਵਿੱਚ ਇਸ ਟਾਈਮ ਮਾਸ਼ਾਅੱਲਾ ਲਿਬਾਸ ਜਿਹੜਾ ਨਾ ਧੁੰਨੀ ਤੋਂ ਲੈ ਕੇ ਸਾਰ ਤਿਕਰ ਸੋਹਣੀਆਂ ਥਣਾਂ ਦੀਆਂ ਵੰਡਾਂ ਨੇ ਪੂਰੇ ਡੇਢ ਡੇਢ ਫੁੱਟ 'ਤੇ ਮਾਸ਼ਾਅੱਲਾ ਹੈ। ਇੱਧਰੋਂ ਪਰਲਾ ਥਣ ਜਿਹੜਾ ਨਾ ਬੰਦੇ ਨੇ ਬਾਂਹ ਅਗਾਂ ਨੂੰ ਕੱਢ ਕੇ ਫਿਰ ਫੜਨਾ। ਵਾਹ ਸੁਣਿਆ ਰੱਬਾ ਤੇਰੇ ਰੰਗ ਨੇ ਐਵੇਂ ਨਹੀਂ ਨੀਲੀ ਜਿਹੜੀ ਪੂਰੀ ਦੁਨੀਆ 'ਚ ਮੰਨੀ ਜਾਂਦੀ ਹੈ ਇਨਸ਼ਾਅੱਲਾ ਤਾਲਾ, ਜੇ ਨੀਲੀ ਦੇ ਪੱਲੇ ਕੁਛ ਹੈਗਾ ਤਾਂ ਫਿਰ ਹੀ ਬੰਦੇ ਮੰਨਦੇ ਨੇ। ਇਹ ਵਾਜਦ ਸੁਣਾ ਮੈਂ ਹਾਂ ਕਿਨਵਾਂ ਸੁਬਾਸ ਹੋਈ ਉਹ ਲਾਣੇ ਯਾਰ, ਇਹ ਜੇ ਕਿੱਥੋਂ ਹੀਰੇ ਕੱਢ ਲੈਂਦਾ, ਮੈਂ ਤਾਂ ਪੂਰੀ ਮੰਡੀ ਦੇ ਵਿੱਚ ਫਿਰਿਆ। ਯਕੀਨ ਕਰ ਜਾ ਤੇਰੇ ਨਾਲ ਦੀਆਂ ਮੱਝਾਂ ਜਿਹੜੀਆਂ ਨੇ ਨਾ ਮੱਝਾਂ ਬੜੀਆਂ ਨੇ, ਬਾਕੀ ਆਹ ਚੀਜ਼ਾਂ ਕੋਈ ਨਹੀਂ ਦਿਸੀਆਂ ਨਹੀਂ ਐਵੇਂ ਬੰਦਾ ਆਖੇ ਹਕੀਕਤ ਹੈ। ਅੱਛਾ ਉੱਚੀ ਬੋਲਿਆ ਘਰ ਹੁਣ ਜਿਹੜੇ ਨਾ ਮੈਂ ਦੋ ਮੈਕ ਮੰਗਾਉਂਦਾ ਪਿਆ ਬਾਹਰ, ਮੇਰਾ ਇੱਕ ਬੇਲੀ ਇੰਗਲੈਂਡ ਬੈਠਾ ਉਹਨੇ ਮੈਨੂੰ ਆਖਿਆ ਮੈਂ ਤੇਰੇ ਜੋਗੇ ਨਾ। ਹੈ ਰਾਣਾ ਰਾਣਾ ਮੈਂ ਆਖਿਆ ਬੰਦਾ ਬੇਲੀ ਇੱਕ ਇੰਗਲੈਂਡ ਬੈਠਾ ਉਹਨੇ ਆਖਿਆ ਤੇਰੇ ਜੋਗੇ ਮੈਂ ਘੱਲਣੇ ਨੇ, ਦੋ ਆ ਜਾ ਰਾਣਾ ਯਾਰ ਬੋਲੇ ਨਾ ਬੜਾ ਨਜ਼ਾਰਾ ਆਈ ਜਾਂਦਾ ਕਸਮੇ। ਮੈਂ ਨਾ ਵੇਖ ਕੇ ਨਾ ਦਿਲ ਜਿਹੜਾ ਨਾ ਅਸੀਂ ਠਾਠਾਂ ਮਾਰੀ ਜਾਂਦਾ, ਆ ਜਾ ਅੱਜ ਗੱਲਾਂ ਕਰ ਤੇ ਹੀ ਨਾ ਅਸੀਂ ਨੱਕੂ ਨਾ ਨੱਕੂ ਤੋਂ ਜਿਵੇਂ ਨਾ ਸੂਈ ਦੇ ਵਿੱਚੋਂ ਧਾਕਾ ਲੰਘਾਈ ਦਾ ਇੰਝ ਗੱਲਾਂ ਕਰਨੀਆਂ ਨੇ ਹੈ ਯਾਰ। ਰਾਣਾ ਤੇਰੇ ਤੇ ਰਾਜੀ ਆ ਮਾਸ਼ਾਅੱਲਾ ਮਾਸ਼ਾਅੱਲਾ। ਰਾਣਾ ਮੋਬਾਈਲ ਦੀ ਬੈਟਰੀ ਬਿਲਕੁਲ ਲੋ ਹੀ, ਤੇਰੀਆਂ ਗੱਲਾਂ ਦੱਸ ਕਿੰਨਾ ਦੁੱਧ ਹੋਣਾ ਇਹਦੇ ਕੋਲੇ ਝੋਟੀ ਕੋਲੇ? 16-17 ਲੀਟਰ ਸੁਬਾਹ ਕਿੰਨਵਾ ਹੈ ਥੱਲੇ ਜਾ ਕੀ ਕੱਟਾ ਕੱਟਾ? ਅੱਛਾ ਤੇ ਚੁਆਈ ਚੁਈ ਚੰਗੀ ਪੋਲੀ ਹੈ ਨਾ? ਆਪਾਂ ਜਿਹੜੀ ਗੱਲ ਕਰ ਦੇਣੀ ਆਪਣੀ ਗੱਲ ਦਾ ਹੀ ਮੁੱਲ ਪੈਣਾ ਇਨਸ਼ਾਅੱਲਾ ਤਾਲਾ। ਤੇਰਾ ਭਰਾ 20-20 ਲੱਖ ਦੀ ਮੱਝ ਵੇਚ ਦਿੰਦਾ ਜ਼ਬਾਨ ਤੇ, ਹੈ ਕੋਈ ਨੀ ਹੈਗਾ ਇਹ ਨਾਲ ਹੋਇਆ ਜਾ ਰਾਜੀ ਆ ਤੇਰੇ ਤੇ। ਅੱਛਾ ਮੁੱਲ ਇਹਨਾਂ ਦੇ ਸੋਚ ਜਿਹੜੇ ਕਰਨੇ ਨੀ, ਐਸ ਝੋਟੀ ਦਾ ਤੈਨੂੰ ਦਾ ਜੋੜੇ ਦਾ ਇਕੱਠਾ ਹੀ ਮੰਗਣਾ ਕਿ ਲੈਦਾ ਲੈਦਾ? ਤੂੰ ਇਕੱਠਾ ਹੀ ਕਰ, ਕਿੰਨੇ ਇਹਨਾਂ ਜੋੜੇ ਦੇ ਕਿੰਨੇ ਰੁਪਈਏ ਲੈਣੇ ਨੀ ਐਸ ਦੇ ਤੈਨੂੰ ਦੇ? ਪੱਕੇ ਬਿਲਕੁਲ ਪੱਕੇ, ਉਹ ਤੇਰੀ ਮਰਜ਼ੀ ਭਾਵੇਂ ਕੱਚੇ ਦੱਸੀ ਜਾ ਆਪਦੇ ਦਿਲ ਨਾਲ ਹੀ ਗੱਲ ਕਰਨੀ। 14 ਲੱਖ ਦੀ 14 ਲੱਖ ਰੁਪਈਆ ਕੱਚਾ ਨਹੀਂ ਹੈ ਮੁੱਲ? ਨਹੀਂ ਯਾਰ ਲੋਹੇ ਤੇਰਾ ਪੱਕਾ ਹੈ।
ਨਹੀਂ ਯਾਰ ਮੱਝਾਂ ਚੰਗੀਆਂ ਨੇ ਮੁੱਲ ਜਿਹੜਾ ਨਾ ਖਾਸ ਆਰਫ ਵਾਲੇ ਦੀਆਂ ਮੁੱਲ ਨਾ ਕੱਚਾ ਕਰ ਪੱਕਾ ਕਰ ਹੈ ਪੱਕਾ ਕੋਈ ਪਿਆਰ ਮੁਹੱਬਤ ਕਰੇਗਾ ਨਾ ਯਾਰ ਹੁਣ 14 ਲੱਖ 7-7 ਲੱਖ ਰੁਪਇਆ ਵੀ ਬੜਾ ਢੇਰ ਸਾਰਾ ਤੇ ਬਾਕੀ ਚੰਗੀਆਂ ਦੋਵੇਂ ਦੂਜੀਆਂ ਰੋਕ ਰੋਕ ਦੇ ਥਣ ਲੱਗੇ ਨੇ ਛੱਡੇ ਵੇਖ ਮੈਨੂੰ ਕਿੰਜ ਦੇ ਲੱਗੇ ਇਹ ਦੁੰਨੀ ਨੇ ਕੋਲੀ ਨੇ ਅੱਛਾ ਬਹੁਤ ਬਰੀਕਾ ਮੈਂ ਇਹ ਹੁਣ ਇਹ ਟੋਰ ਕੇ ਵੀ ਵਹਾ ਦੇ ਕਿ ਨਹੀਂ ਪਹਿਲਾਂ ਪਾਉਂਦੀਆਂ ਨੇ ਕੋਨੀ ਅਸੀਂ ਦੋਵੇਂ ਟੋਰ ਕੇ ਵਹਾਇਆ ਜੀ ਯਾਰ ਰਾਣਾ ਪਤਾ ਕੀ 14 ਲੱਖ ਰੁਪਇਆ ਨਹੀਂ ਮੂੰਹ ਜਿਹੜੇ ਰੁਪਈਏ ਮੰਗੇ ਨੀ ਲੱਭਦੇ ਹੁੰਦੇ ਕੋਈ ਥੋੜੀ ਜਿਹੀ ਮੁਹੱਬਤ ਥੋੜੀ ਜਿਹੀ ਮੁਹੱਬਤ ਕਰਦੇ ਥੋੜੀ ਜਿਹੀ ਮੁਹੱਬਤ ਕਰਦੇ ਯਾਰ ਤੇਰੀ ਮਿਹਰਬਾਨੀ ਇਹ ਇਕੱਠੀਆਂ ਸਫਿਆਨ ਟੋਰਿਆ ਜੀ ਯਾਰ ਮਾਸ਼ਾਅੱਲਾ ਜੀ ਅੱਗੋਂ ਧੁੰਨੀ ਲੱਭਿਆ ਹੀ ਨਹੀਂ ਲੱਭਦੀ ਕੋੜੀ ਤੇ ਕਿਆ ਹੀ ਬਾਤ ਹੈ ਮਾਸ਼ਾਅੱਲਾ ਇਕੱਠੀਆਂ ਟੋਰੀ ਸਫਿਆਨ ਨਾ ਉਹਨੂੰ ਹਾਕਿੰਗਰੀ ਵਾਲਾ ਹੀ ਨਾਲ ਹੋ ਪਰ ਨਾਲ ਇਹਨੂੰ ਨਾਲ ਕਰ ਮਾਸ਼ਾਅੱਲਾ ਜਾ ਰਾਜੀਆਂ ਤੇਰੇ ਤੇ ਰਾਣਾ ਯਾਰ ਨਾ ਤੇਰੇ ਪਤਾ ਕੀ ਰੌਲਾ ਤੇਰੇ ਬਖਤ ਹੀ ਬੜੇ ਨੇ ਖਬਰੇ ਕਿਧਰੋਂ ਕੱਢ ਲਿਆਣਾ ਇਹਦੀਆਂ ਨੀਲੀ ਦਾ ਰਾਣਾ ਇਨਸ਼ਾਅੱਲਾ ਤਾਲਾ ਨੀਲੀ ਦਾ ਹੀ ਮਾਲ ਕੱਢਦਾ ਜੀ ਕਿਆ ਬਾਤ ਹੈ ਸੁਭਾਨ ਅੱਲਾ ਲੈ ਮੋੜ ਕੇ ਸੁਫਿਆਨ ਰਾਣਾ ਸੋਹਣਾ ਰਿਜ਼ਕ 14 ਲੱਖ ਰੁਪਇਆ ਜਿਹੜਾ ਨਾ ਕੋਈ ਥੋੜੀ ਜਿਹੀ ਮੁਹੱਬਤ ਕਰ ਵਿੱਚ ਹੈ ਕਰ ਲਾਂਗੇ ਥੋੜੀ ਬਹੁਤੀ ਨਾਰ ਲਾ ਵਾਜਦ ਰੋਕੀ ਇਹਨੂੰ ਮਾੜਾ ਜਾ ਆਪ ਨਾਲ ਬਰਾਬਰ ਤੇ ਕਰੀ ਬਰਾਬਰ ਤੇ ਚੱਲ ਲੈ ਚੱਲ ਯਾਰ ਕਾਲੀਆਂ ਪੈਂਦੀਆਂ ਲੈ ਚੱਲ ਪਤਾ ਹੀ ਕੀ ਹੈ ਉਹ ਟੋਰੀ ਦੀਆਂ ਤਾਂ ਨੇ ਕਿਉਂਕਿ ਨਾ ਕੀ ਹੁਣ ਪਿਆਰ ਮੁਹੱਬਤ ਕਰੇਗਾ ਹਾਂ ਜਾ ਰਾਜੀ ਆ ਤੇਰੇ ਤੇ ਜਾ ਰਾੜਾ ਰਾਜੀ ਆ ਤੇਰੇ ਤੇ ਮਾਸ਼ਾਅੱਲਾ ਕਿਆ ਬਾਤ ਹੈ ਅੱਛਾ ਪੂਰੀਆਂ ਹੁਸਨ ਦੀਆਂ ਬਾਦਸ਼ਾਹ ਹੈ ਦੋਵੇਂ ਦੂਜਣਾ ਨੇ ਜਿਹੜੀ ਨਾ ਮੀਣੀ ਮਾਜ ਆ ਦੂਜਣੇ ਕਿ ਪਹਿਲੇ ਨੇ ਦੂਜਣਾ ਦੋਵੇਂ ਅੱਛਾ ਜਿਹੜੀ ਮੀਣੀ ਹੈ ਹਾਂ ਉਹਦੇ ਕੋਲ ਮਾਈ ਕੋਲ 18 ਸੇ ਦੁੱਧ 18 ਦਾ ਠੰਡਾ ਅੱਛਾ ਮੀਣੀ ਕੋਲ ਵੀ ਭਾਈ 18 ਸੇ ਠੰਡਾ ਆਖੀ ਜਾਂਦਾ ਦੁੱਧ ਤੇ ਅੱਲਾ ਦੇ ਹੁਕਮ ਨਾਲ 17 ਪੱਕਾ ਬਾਕੀ ਜੀ ਰੱਬ ਨੇ ਭਾਂਡੇ ਸੋਹਣੇ ਲਾਏ ਨੇ ਤੇ ਇਨਸ਼ਾਅੱਲਾ ਤਾਲਾ ਜੇ ਇਹਨਾਂ ਕੋਲੇ ਲਿਬਾਸ ਨੇ ਇਹ ਦੁੱਧ ਦੀਆਂ ਨਹਿਰਾਂ ਨੇ ਇਨਸ਼ਾਅੱਲਾ ਹੈ ਥਣ ਬੜੇ ਕਮਾਲਾਂ ਦੇ ਨੇ ਤੇ ਵੰਡਾ ਪੂਰੇ ਫੁੱਟ ਫੁੱਟ ਦੇ ਨਾ ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬਲੀ ਨੂੰ ਇਜਾਜ਼ਤ ਦਿਓ ਤੇ ਜਿਹੜੇ ਮੇਰੇ ਭਰਾ ਫੁੱਟ ਫੁੱਟ ਚਾਰਾਂ ਪਾਸੋਂ ਫੁੱਟ ਫੁੱਟ ਤੇ ਇਹਨੂੰ ਵਹਾਣ ਦੇ ਫਿਰ ਮੇਰਾ ਯਾਰ ਦਿਲ ਹੀ ਨਹੀਂ ਕਰਦਾ ਭਿਆਟਣ ਨੂੰ ਪਿਆ ਹੈ ਮੈਂ ਕੀ ਆਨਾ ਰਾਣਾ ਅੱਲਾ ਦੀ ਸੋਹ ਦਿਲ ਨਹੀਂ ਕਰਦਾ ਭਿਆਟਣ ਨੂੰ ਮਾਸ਼ਾਅੱਲਾ ਸੋਹਣੀ ਵਾਜਦ ਮਾਸ਼ਾਅੱਲਾ ਨਹੀਂ ਨਹੀਂ ਥਣ ਸੋਹਣੇ ਨੇ ਕਮਾਲਾ ਨੇ ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬਲੀ ਨੂੰ ਇਜਾਜ਼ਤ ਦਿਓ ਜੀ ਪਾਕਿਸਤਾਨ ਜ਼ਿੰਦਾਬਾਦ ਤੇ ਰਾਣਾ ਵੀ ਜ਼ਿੰਦਾਬਾਦ ਜੀ ਮਾਸ਼ਾਅੱਲਾ ਸ਼ੋਰੂਮ ਅੱਲਾ ਦੇ